ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਤਾਂ ਦਰਸ਼ਕੋ, ਇਸ ਸਮੇਂ ਮੈਂ ਖੜੀ ਹੋਈ ਹਾਂ ਪ੍ਰੀਤ ਨਗਰ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਉਸ ਗੁਰਦੁਆਰਾ ਸਾਹਿਬ ਦੇ ਵਿੱਚ। ਇਸ ਸਮੇਂ ਮੈਂ ਦੀਵਾਨ ਸਜੇ ਹੋਏ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਹੋਣਾ ਨੇ ਬਹੁਤ ਹੀ ਸੋਹਣੀ ਸ਼ਬਦ ਦੀ ਵਿਚਾਰ ਕੀਤੀ। ਸੰਗਤ ਨੂੰ ਆਪਣੇ ਸ਼ਬਦ ਦੇ ਰਾਹੀਂ, ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੇ ਰਾਹੀਂ ਸੰਗਤ ਨੂੰ ਆਪਣੇ ਨਾਲ ਜੋੜਿਆ। ਮੈਂ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਹੋਣਾ ਦੇ ਨਾਲ ਵੀ ਗੱਲ ਕਰਾਂਗੀ। ਤਾਂ ਪਹਿਲਾਂ ਮੈਂ ਦੱਸਦਾ ਕਿ ਜਿਸ ਤਰੀਕੇ ਦੇ ਨਾਲ ਸੰਗਤ ਜੁੜੀ ਹੋਈ ਸੀ, ਇੱਕ ਇੱਕ ਸ਼ਬਦ ਦੀ ਵਿਚਾਰ ਆ ਜਿਹੜੀ ਬਹੁਤ ਧਿਆਨ ਦੇ ਨਾਲ ਸੁਣ ਰਹੀ ਸੀ। ਇੱਕ ਹੁੰਦਾ ਨਾ, ਵਾਹਿਗੁਰੂ ਪਰਮਾਤਮਾ ਨੇ ਇਹਨਾਂ ਨੂੰ ਬਲ ਬਖਸ਼ਿਆ, ਇਹਨਾਂ ਨੂੰ ਡਿਊਟੀ ਜਿਹੜੀ ਲਾ ਕੇ ਭੇਜੀ ਆ, ਬਾਖੂਬੀ ਇਸ ਡਿਊਟੀ ਨੂੰ ਨਿਭਾ ਰਹੇ ਨੇ। ਚਾਹੇ ਕੋਈ 3 ਸਾਲ ਦਾ ਬੱਚਾ, ਚਾਹੇ ਕੋਈ 5 ਸਾਲ ਦਾ, ਚਾਹੇ ਕੋਈ ਬਜ਼ੁਰਗ ਹੈ, ਹਰ ਇੱਕ ਇਨਸਾਨ ਉਸ ਸਮੇਂ ਇੰਨਾ ਅਟੈਂਟਿਵ ਹੋ ਕੇ ਬੈਠਾ ਹੋਇਆ ਸੀ ਕਿ ਰੂਹ ਖੁਸ਼ ਹੋ ਰਹੀ ਸੀ ਕਿ ਇਹੋ ਜਿਹੇ ਪ੍ਰਚਾਰਕਾਂ ਦੀ ਬਹੁਤ ਜ਼ਰੂਰਤ ਹੈ। ਇਹੋ ਜਿਹੇ ਪ੍ਰਚਾਰਕ ਦਾ ਜਿਹੜਾ ਉਹਨਾਂ ਦਾ ਜਿਹੜਾ ਮੈਸੇਜ ਹੈ ਉਹ ਘਰ ਘਰ ਤੱਕ ਪਹੁੰਚਣਾ ਚਾਹੀਦਾ। ਔਰ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ, ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਖਾਲਸਾ ਨੇ ਜਿਹੜੇ ਇਹ ਕਸ਼ਮੀਰ ਵੈਲੀ ਦੇ ਵਿੱਚ ਜਦੋਂ ਕਹਿੰਦੇ ਨੇ ਕਿ ਮਿਲਟੈਂਸੀ ਪੀਕ ਦੇ ਉੱਤੇ ਸੀਗੀ, ਸਿਖਰ ਦੇ ਉੱਤੇ ਸੀ, ਉਸ ਸਮੇਂ ਪਿੰਡ ਪਿੰਡ ਜਾ ਕੇ ਵੀ ਇਹਨਾਂ ਨੇ ਜਿਹੜਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈਗਾ। ਔਰ ਉਹਨਾਂ ਪਿੰਡਾਂ ਦੇ ਬਾਰੇ ਵਿੱਚ ਜਿਨ੍ਹਾਂ ਦੇ ਸ਼ਾਇਦ ਅਸੀਂ ਕਿਤੇ ਨਾਮ ਵੀ ਨਹੀਂ ਸੁਣੇ, ਉੱਥੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਖਾਲਸਾ ਜੀ ਹੋਣੀ ਜਿਹੜੇ ਪਹੁੰਚੇ ਸੀ, ਜੋ ਵਾਹਿਗੁਰੂ ਪਰਮਾਤਮਾ ਨੇ ਉਹਨਾਂ ਨੂੰ ਡਿਊਟੀ ਲਾਈ, ਉਹ ਡਿਊਟੀ ਨੂੰ ਬਾਖੂਬੀ ਨਿਭਾ ਰਹੇ ਨੇ। ਤਾਂ ਹੁਣ ਆਪਾਂ ਗੱਲਬਾਤ ਕਰਾਂਗੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਖਾਲਸਾ ਜੀ ਹੋਣਾ ਦੇ ਨਾਲ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ ਜੀ ਤੁਹਾਡਾ ਇੱਕ ਬਾਣੀ ਚੈਨਲ ਦੇ ਉੱਤੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਨਾਲ ਹੀ ਵਧਾਈ ਦੇ ਪਾਤਰ ਹੋ ਤੁਸੀਂ, ਵਾਹਿਗੁਰੂ ਪਰਮਾਤਮਾ ਨੇ ਜੋ ਤੁਹਾਡੀ ਡਿਊਟੀ ਲਿਆ ਕੇ ਭੇਜੀ ਆ, ਜਿਸ ਤਰ੍ਹਾਂ ਦੇ ਨਾਲ ਅੱਜ ਤੁਸੀਂ ਸ਼ਬਦ ਦੀ ਵਿਚਾਰ ਕੀਤੀ ਹੈ, ਮੈਨੂੰ ਲੱਗਦਾ ਤੁਸੀਂ ਉਸ ਡਿਊਟੀ ਨੂੰ ਬਾਖੂਬੀ ਨਿਭਾ ਰਹੇ ਹੋ। ਤਾਂ ਕਸ਼ਮੀਰ ਦੀ ਸੰਗਤ ਦੇ ਨਾਲ ਬਹੁਤ ਜ਼ਿਆਦਾ ਮੋਹ ਪਿਆਰ ਤੁਹਾਡਾ ਪੈ ਗਿਆ, ਕਸ਼ਮੀਰ ਦੇ ਪਿੰਡ ਪਿੰਡ ਜਾ ਕੇ ਤੁਸੀਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਤਾਂ ਕੀ ਕਹਿਣਾ ਚਾਹੋਗੇ ਤੁਸੀਂ? ਜਿਤ ਕੋ ਲਾਇਆ ਤਿਤ ਹੀ ਲਾਗਾ, ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ। ਮੇਰੇ ਵੱਡੇ ਭਾਗ ਨੇ ਇਸ ਸੰਗਤਾਂ ਦੀ ਚਰਨ ਚੂੜ ਜਿੱਥੇ ਮਿਲ ਜਾਵੇ, ਹਿੰਦੁਸਤਾਨ ਵਿੱਚ, ਵਿਦੇਸ਼ਾਂ ਵਿੱਚ, ਆਪਣੇ ਆਪ ਨੂੰ ਮੈਂ ਵੱਡੇ ਭਾਗਾਂ ਵਾਲਾ ਸਮਝਦਾ ਵੀ ਗੁਰੂ ਗ੍ਰੀਵ ਨਿਵਾਜ ਨੇ ਇਸ ਕਾਬਲ ਬਣਾਇਆ ਵੀ ਸੰਗਤਾਂ ਦੀ ਚਰਨ ਧੂੜ ਮੱਥੇ ਨੂੰ ਲਾ ਸਕੀਏ। ਇੱਥੇ ਕਈ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ, ਜੰਮੂ ਕਸ਼ਮੀਰ ਇਹਨਾਂ ਦੇ ਸਿੰਘਾਂ ਦੀ ਇੱਕ ਬੜੀ ਤਾਰੀਫ ਵਾਲੀ ਗੱਲ ਹੈ ਵੀ ਰਹਿਤ ਦੇ ਅੱਜ ਤੋਂ 7-8 ਸਾਲ ਪਹਿਲਾਂ ਬਹੁਤ ਪੱਕੇ ਹੁੰਦੇ ਸੀ, ਅੱਜ ਥੋੜ੍ਹਾ ਜਿਹਾ ਕਿਤੇ ਹਨੇਰੀ, ਸਮੇਂ ਦੀ ਹਨੇਰੀ ਆ ਕਹਿ ਲਓ ਕਿ 2015 ਤੋਂ ਜਿਹੜਾ ਇੰਟਰਨੈਟ ਦੀ ਹਨੇਰੀ ਆਈ ਹੈ ਉਹਨੇ ਥੋੜ੍ਹਾ ਜਿਹਾ ਇਹਨੂੰ ਹਿਲਾ ਦਿੱਤਾ, ਅਤੇ ਥੋੜ੍ਹਾ ਜਿਹਾ ਰਹਿਤ ਵਿੱਚ ਵੀ ਹੁਣ ਥੋੜ੍ਹਾ ਜਿਹਾ ਮੈਂ ਦੇਖ ਰਿਹਾ ਅੱਗੇ ਨਾਲੋਂ। ਵੈਸੇ ਦੇਖੋ ਇਹ ਜਿਹੜਾ ਬੂਟਾ ਹੈ ਇਹ ਲਾਉਣ ਵਾਲੇ ਨੇ ਨਾਨਕ ਨਿਰਮਲ ਪੰਥ ਚਲਾਇਆ, ਇਹ ਬੂਟਾ ਲਾਇਆ ਬਾਬੇ ਨਾਨਕ ਨੇ। ਅਤੇ ਬੂਟਾ ਲਾਉਂਦਿਆਂ ਲਾਉਂਦਿਆਂ ਇੱਕ ਸਮਾਂ ਆਇਆ ਜਦੋਂ ਇਸ ਬੂਟੇ ਨੂੰ ਹਰਿਆ ਕਰਨ ਲਈ ਇੱਕ ਮੰਗ ਕੀਤੀ ਗਈ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਵੀ ਗੁਰੂ ਗ੍ਰੀਵ ਨਿਵਾਜ ਇਸ ਬੂਟੇ ਨੂੰ ਹਰਿਆ ਕੀਤਾ ਜਾਵੇ, ਇਹਨੂੰ ਲਹੂ ਦੀ ਲੋੜ ਹੈ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ 4 ਪੁੱਤਾਂ ਦਾ ਖੂਨ ਡੋਲਿਆ ਇਸ ਬੂਟੇ 'ਚ ਅਤੇ ਇਸ ਬੂਟੇ ਨੂੰ ਹੋਰ ਹਰਾ ਕੀਤਾ। ਅਤੇ ਹਰ ਸਿੱਖ ਨੂੰ ਬੇਨਤੀ ਨਹੀਂ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਵੀ ਹਰ ਸਿੱਖ ਨੂੰ ਜਿਉਂ ਜਿਉਂ ਸਿੱਖ ਅੱਗੇ ਵੀ ਅੰਦਰ ਕਹਿ ਕੇ ਆਇਆ ਵੀ ਰਹਿਤ ਵਿੱਚ ਪਰਪੱਕਤਾ ਆਉਂਦੀ ਜਾਊਗੀ, ਇਹ ਬੂਟਾ ਹੋਰ ਹਰਿਆ ਹੁੰਦਾ ਜਾਊਗਾ। ਜਿਹੜਾ ਜਿਹੜਾ ਸਿੱਖ ਅੱਧੀ ਰਾਤ ਉੱਠ ਕੇ ਨਾਮ ਜਪੂਗਾ, ਇਸ਼ਨਾਨ ਕਰਕੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਜਿਹੜਾ ਵੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਰਨਾਮ ਦੇਵੇ, ਜਿਹੜਾ ਜਿਹੜਾ ਨਾਮ ਜਪੂਗਾ। ਜਿਸ ਤਰ੍ਹਾਂ ਇੱਕ ਬੂਟਾ ਲਾਉਂਦੇ ਹਾਂ ਅਤੇ ਬੂਟੇ ਵਿੱਚ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਪੱਤੇ ਆਉਂਦੇ ਨੇ, ਜਿਹੜਾ ਜਿਹੜਾ ਅੱਧੀ ਰਾਤ ਉੱਠ ਕੇ ਨਾਮ ਜਪੂਗਾ ਉਹਦੀ ਜ਼ਿੰਦਗੀ ਵਿੱਚ ਧਰਮ ਫੁੱਲ ਅਤੇ ਫਲ ਗਿਆਨ ਜ਼ਰੂਰ ਲੱਗੂਗਾ, ਉਹਦੀਆਂ ਅੱਖਾਂ 'ਚੋਂ ਉਹਦੀਆਂ ਗੱਲਾਂ ਤੋਂ ਮਹਿਸੂਸ ਹੋਊਗਾ ਵੀ ਇਹ ਜ਼ਰੂਰ ਕਿਤੇ ਨਾ ਕਿਤੇ ਅੱਧੀ ਰਾਤ ਗੁਰੂ ਦੀ ਗੋਦ ਵਿੱਚ ਬੈਠ ਕੇ ਭਿੱਜ ਕੇ ਬੋਲ ਰਿਹਾ, ਅਤੇ ਉਹਦੇ ਬਚਨਾਂ ਨਾਲ ਜਿਸ ਕੇ ਅੰਤਰ ਵਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ, ਭਲਾ ਉਹੀ ਕਰੂਗਾ ਜਿਹੜਾ ਆਪ ਸੋ ਪੰਡਤ ਜੋ ਮਨ ਪ੍ਰਬੋਧੇ, ਪੰਡਿਤ ਮਨੇ ਪ੍ਰਚਾਰਕ, ਸੋ ਪੰਡਤ ਜੋ ਮਨ ਪ੍ਰਬੋਧੇ ਰਾਮ ਨਾਮ, ਅੱਧੀ ਰਾਤ ਉੱਠ ਕੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼, ਜਿਹੜਾ ਕਥਾ ਸੁਣਾਉਣ ਤੋਂ ਬੋਲਾ ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਵਿਰ ਵੇਦ ਪੁਰਾਣ ਸਿਮਰਤ ਬੂਝੇ ਮੂਲ ਸੁਖਮ ਮੈਂ ਜਾਣੇ
ਤੇ ਕੱਲਾ ਸਿੱਖਾਂ ਨੂੰ ਹੀ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ। ਮੈਂ ਸੁਣਦਾ ਹੁੰਦਾ ਸੀ ਭਾਈ ਜਸਵੀਰ ਸਿੰਘ ਖਾਲਸਾ ਸਾਰੀ ਜ਼ਿੰਦਗੀ ਉਹਨਾਂ ਨੇ ਪ੍ਰਚਾਰ ਕੀਤਾ ਅਤੇ ਸਾਰੀ ਜ਼ਿੰਦਗੀ 2:30 ਵਜੇ ਉੱਠੇ ਨੇ। ਕਿੰਨਿਆਂ ਦਾ ਭਲਾ ਕਰ ਗਏ, ਕਿੰਨਿਆਂ ਨੂੰ ਮੁਕਤ ਕਰ ਗਏ ਉਹ ਸੰਤ ਸਿੰਘ ਜੀ ਮਸਕੀਨ, ਕਿੰਨਿਆਂ ਦਾ ਭਲਾ ਕਰ ਗਏ। ਇਹਨਾਂ ਨੂੰ ਸੁਣਦਿਆਂ ਸੁਣਦਿਆਂ ਇਹਨਾਂ ਦੀ ਸੰਗਤ ਵਿੱਚ ਬਹਿੰਦੇ ਆ ਭਾਈ ਪਰਮਜੀਤ ਸਿੰਘ ਜੀ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ, ਇਹਨਾਂ ਦੀ ਸੰਗਤ ਵਿੱਚ ਬਹਿੰਦਿਆਂ ਬਹਿੰਦਿਆਂ ਸੁਣਦੇ ਹੁੰਦੇ ਸਾਂ ਗੱਲਾਂ। ਅਤੇ ਮੇਰਾ ਸਾਹਿਬ ਕਿਰਪਾ ਕਰੇ, ਵੇਖੋ ਇਸ ਪੰਥ ਦੀ ਅੱਜ ਕੋਵਿਡ ਦਾ ਜਦੋਂ ਸਮਾਂ ਆਇਆ, ਧਿਆਨ ਦਿਓ, ਕੋਈ ਕੌਮ ਸਾਹਮਣੇ ਨਹੀਂ ਆਈ, ਕਿਉਂਕਿ ਮੌਤ ਤੋਂ ਮਰਨੇ 'ਤੇ ਜਗਤ ਡਰੇ, ਮਰਨੇ 'ਤੇ ਕੋਈ ਕੌਮ ਨਹੀਂ ਅੱਗੇ ਆਈ। ਪਰ ਸਿੱਖ ਫਿਰ ਜਿੰਨੀਆਂ ਲਾਸ਼ਾਂ ਨੂੰ ਲਾਂਬੂ ਲਾਇਆ ਗਿਆ, ਸੰਸਕਾਰ ਕੀਤਾ ਗਿਆ, ਸਾਰਾ ਸਿੱਖਾਂ ਨੇ ਕੀਤਾ। ਜੇ ਰੋਟੀ ਦੀ ਲੋੜ ਪਈ ਹੈ ਹਰ ਗੁਰਦੁਆਰੇ ਵਿੱਚ, ਦਾਸ ਪਿਛਲੇ ਸਾਲ ਮੋਂਟਰੀਅਲ ਸੀ, ਉੱਥੋਂ ਗੁਰਦੁਆਰੇ ਮੋਂਟਰੀਅਲ ਦੇ ਗੁਰਦੁਆਰੇ ਤੋਂ ਲੰਗਰ ਕੈਨੇਡਾ ਦੇ ਚਰਚਾਂ 'ਚ ਜਾਂਦਾ ਰਿਹਾ, ਆਖੋ ਸਤਨਾਮ ਸ੍ਰੀ। ਉੱਥੇ ਸਿੱਖਾਂ ਦਾ ਇਹ 20 ਰੁਪਈਆਂ ਦਾ ਲਾਇਆ ਹੋਇਆ ਲੰਗਰ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਸਭ ਕੋ ਇਹ ਲੰਗਰ ਕਦੇ ਮੁੱਕਣਾ ਨਹੀਂ, ਬਾਬੇ ਨਾਨਕ ਦਾ ਚਲਾਇਆ ਹੈ। ਅਤੇ ਹੁਣ ਬਾਹਰਲੇ ਦੇਸ਼ਾਂ ਦੀ ਜਿਹੜੀ ਪਾਰਲੀਮੈਂਟ ਹੈ, ਕੈਨੇਡਾ ਕਹਿ ਲਓ, ਅਮੈਰੀਕਾ ਕਹਿ ਲਓ, ਆਸਟ੍ਰੇਲੀਆ ਕਹਿ ਲਓ, UK ਕਹਿ ਲਓ, ਜਿਹਦੀ ਮਰਜ਼ੀ ਤੁਸੀਂ ਗੱਲ ਕਰੋ, ਹਰ ਪਾਰਲੀਮੈਂਟ ਵਿੱਚ ਗੂੰਜ ਪਈ ਹੈ ਵੀ ਕੋਵਿਡ ਵਿੱਚ ਜੇ ਕੋਈ ਮਰਦ ਸਾਹਮਣੇ ਆਏ ਨੇ ਉਹ ਬਾਬੇ ਨਾਨਕ ਦੇ ਇਸ ਕੌਮ ਦੇ ਖਾਲਸਾ ਏਡ ਦੇ ਖਾਲਸੇ ਸਾਹਮਣੇ ਆ ਕੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਅਤੇ ਉਹਨਾਂ ਨੇ ਐਲਾਨਿਆ ਹੈ ਵੀ ਸਿੱਖੀਜ਼ਮ ਇੱਕ ਹੈਲਪਿੰਗ ਕਮਿਊਨਿਟੀ ਹੈ, ਜਿਹੜਾ ਜਿਹੜਾ ਇਹਨਾਂ ਨਾਲ ਜੁੜੂਗਾ ਅਤੇ ਸਾਰੇ ਸੰਸਾਰ ਦਾ ਭਲਾ ਹੋਊਗਾ। ਔਰ ਭਾਈ ਸਾਹਿਬ ਜੀ, ਇੱਕ ਹੋਰ ਮੈਨੂੰ ਆਫ ਕੈਮਰਾ ਇਹ ਤੁਹਾਡੇ ਬਾਰੇ ਗੱਲ ਪਤਾ ਲੱਗੀ ਸੀ ਕਿ ਬੇਸਿਕਲੀ ਤੁਸੀਂ MP ਤੋਂ ਹੋ, ਲੇਕਿਨ ਤੁਸੀਂ ਮਹਾਰਾਸ਼ਟਰ ਤੋਂ ਹੋ, ਲੇਕਿਨ ਤੁਸੀਂ ਕਦੀ ਵੀ, ਕਿਉਂਕਿ ਤੁਸੀਂ ਆਪਣੇ ਨਾਮ ਦੇ ਨਾਲ, ਤੁਸੀਂ ਕਿਹਾ ਹੈ ਕਿ ਆਪਣੇ ਨਾਮ ਦੇ ਨਾਲ ਹਰਭਜਨ ਸਿੰਘ ਖਾਲਸਾ ਲਗਾਉਣਾ, ਖਾਲਸੇ ਦਾ ਜਨਮ ਭੂਮੀ ਨੂੰ ਹੀ ਤੁਸੀਂ ਆਪਣੀ ਭੂਮੀ ਮੰਨਦੇ ਹੋ, ਕਿਉਂਕਿ ਖਾਲਸੇ ਦਾ ਜਨਮ ਉੱਥੋਂ ਹੋਇਆ, ਆਪਣੇ ਨਾਮ ਦੇ ਪਿੱਛੇ ਖਾਲਸਾ ਲਗਾਉਣਾ, ਤੁਸੀਂ ਸਮਝ ਲੈਂਦੇ ਹੋ ਕਿ ਮੇਰੀ ਜਿਹੜੀ ਧਰਤੀ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਹੈ, ਮੇਰੀ ਜਨਮ ਭੂਮੀ, ਕਿਉਂਕਿ ਉੱਥੋਂ ਖਾਲਸਾ ਪੈਦਾ ਹੋਇਆ। ਬਿਲਕੁਲ ਜੀ, ਸਾਨੂੰ ਪੰਜਾਂ ਨੇ ਹੁਕਮ ਕੀਤਾ ਸੀ, ਮੇਰੀ ਇੰਨੀ ਕਰਤੂਤ ਤਾਂ ਨਹੀਂ ਵੀ ਨਾਮ ਦੇ ਨਾਲ ਖਾਲਸਾ ਮੈਂ ਲਾਵਾਂ, ਪਰ ਪੰਜਾਂ ਪਿਆਰੇ ਨੇ ਹੁਕਮ ਕੀਤਾ ਸੀ ਵੀ ਆਪਣੇ ਨਾਮ ਦੇ ਨਾਲ ਕੀ ਲਾਉਣਾ ਹੈ। ਅਸੀਂ ਗਰੇਵਾਲ ਲਾਉਂਦੇ ਹਾਂ, ਸੰਧੂ ਲਾਉਂਦੇ ਹਾਂ, ਅਸੀਂ ਸਿੱਧੂ ਲਾਉਂਦੇ ਹਾਂ, ਅਸੀਂ ਹੋਰ ਇਹ ਜਾਤਾਂ ਪਾਤਾਂ ਦਾ ਕੋੜ ਮਹਾਰਾਜ ਨੇ ਪਤਾਸੇ ਪਾ ਕੇ ਖਤਮ ਕੀਤਾ ਸੀ। ਜਦੋਂ ਬਾਟੇ ਵਿੱਚ ਪਤਾਸੇ ਪਾਏ ਜਾਂਦੇ ਨੇ ਨਾ ਛੋਟੇ ਛੋਟੇ, ਇਹ ਪਤਾਸੇ ਇਹ ਸਾਈਨ ਸੀਗਾ ਵੀ ਸਿੱਖ ਦੀ ਨਾ ਤਾਤ ਹੈ, ਨਾ ਮਾਤਾ ਹੈ, ਨਾ ਜਾਤ ਹੈ, ਨਾ ਪਾਤ ਹੈ, ਹਮਰੀ ਜਾਤ ਪਾਤ ਗੁਰ ਸਤਿਗੁਰ, ਸਾਡੀ ਕੋਈ ਜਾਤ ਨਹੀਂ, ਜਾਤ ਕਾ ਗਰਬ ਨਾ ਕਰੋ, ਜਾਤ ਦਾ ਗਰਬ ਨਹੀਂ ਕਰਨਾ ਕਿਸੇ ਨੇ, ਧਿਆਨ ਦਿਓ। ਇਹ ਜਾਤ ਪਾਤ ਮਿਟਾਉਣ ਲਈ ਮਹਾਰਾਜ ਨੇ ਕੀ ਲਾਇਆ ਸੀ? ਖਾਲਸਾ। ਬੋਲੋ ਕੀ ਲਾਇਆ ਸੀ? ਖਾਲਸਾ। ਹੁਣ ਅਨੰਦਪੁਰ ਸਾਹਿਬ ਜਦੋਂ ਅਸੀਂ ਪੰਜਾਂ ਪੈਰਾਂ 'ਚ ਵੀ ਸੇਵਾ 'ਚ ਲੱਗਦੇ ਹਾਂ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਵੀ ਭਾਈ ਅੱਜ ਤੋਂ ਬਾਅਦ ਇਹ ਨਾ ਕਿ ਅਸੀਂ ਜੰਮੂ ਵਾਲੇ ਹਾਂ, ਅਸੀਂ ਮਹਾਰਾਸ਼ਟਰ ਵਾਲੇ ਹਾਂ, ਅਸੀਂ ਦਿੱਲੀ ਵਾਲੇ ਹਾਂ। ਮਹਾਰਾਜ ਕਿਹਾ ਵੀ ਹਰ ਸਿੱਖ ਜਿਹੜਾ ਅੰਮ੍ਰਿਤ ਛਕਦਾ ਹੈ ਉਹ ਜਦੋਂ ਬੋਲੇ ਮੈਂ ਕਿੱਥੋਂ ਦੀ ਹਾਂ, ਵਾਸੀ ਸ੍ਰੀ ਅਨੰਦਪੁਰ ਸਾਹਿਬ। ਸਾਡੇ ਬਾਪ ਦਾ ਨਾਮ ਕੀ ਹੈ? ਗੁਰੂ ਗੋਬਿੰਦ ਸਿੰਘ ਸਾਹਿਬ। ਸਾਡੀ ਮਾਤਾ ਸਾਹਿਬ ਕੌਰ, ਮਾਤਾ ਕੀ ਹੈ? ਸਾਹਿਬ ਕੌਰ। ਸਾਡਾ ਜਨਮ ਸਥਾਨ ਹੈ ਸ੍ਰੀ ਕੇਸਗੜ੍ਹ ਸਾਹਿਬ, ਸਾਡੇ ਨਾਨਕੇ ਨੇ ਗੁਰੂ ਕੇ ਲਾਹੌਰ। ਅਤੇ ਪਿਤਾ ਵੀ ਐਸਾ ਮਿਲਿਆ, ਕਿਸੇ ਨੂੰ ਪੁੱਛਿਆ ਮੈਂ ਕਿਹਾ ਤੁਹਾਡਾ ਬਾਪ, ਕਹਿੰਦੇ ਮੇਰੇ ਪਿਤਾ ਜੀ ਮਰ ਗਏ। ਮੈਂ ਕਿਹਾ ਅੰਮ੍ਰਿਤ ਛਕਿਆ? ਕਹਿੰਦੇ ਨਹੀਂ। ਮੈਂ ਕਿਹਾ ਐਸਾ ਵੀ ਇੱਕ ਬਾਪ ਹੈ ਜਿਹੜਾ ਕਦੇ ਮਰੂਗਾ ਹੀ ਨਹੀਂ, ਚਾਹੀਦਾ ਹੀ? ਕਹਿੰਦੇ ਉਹ ਕਿਹੜਾ ਹੋ ਸਕਦਾ ਹੈ। ਮੈਂ ਕਿਹਾ ਹੋ ਸਕਦਾ ਹੈ, ਤੁਸੀਂ ਜਦੋਂ ਅੰਮ੍ਰਿਤ ਛਕੋਗੇ ਪੰਜ ਪਿਆਰੇ ਕਹਿਣਗੇ ਅੱਜ ਤੋਂ ਬਾਅਦ ਤੁਹਾਡੇ ਬਾਪ ਦਾ ਕੀ ਨਾਮ ਹੈ? ਗੁਰੂ ਗੋਬਿੰਦ ਸਿੰਘ। ਉਹ ਬਾਪ ਜਿਹਨੇ ਕਦੇ ਮਰਨਾ ਹੀ ਨਹੀਂ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਮੇਂ ਰਿਹਾ। ਅਤੇ ਮੈਨੂੰ ਬੜਾ ਫਕਰ ਮਹਿਸੂਸ ਹੁੰਦਾ ਵੀ ਮੈਂ ਇਹ ਨਹੀਂ ਕਹਿੰਦਾ ਜਿੱਥੋਂ ਮੈਂ ਪੈਦਾ ਹੋਇਆ। ਅਸਲ ਵਿੱਚ ਖਾਲਸਾ ਪੈਦਾ ਨਹੀਂ ਹੁੰਦਾ, ਖਾਲਸੇ ਦਾ ਪ੍ਰਗਟ ਦਿਵਸ ਮਨਾਇਆ, ਤਿੰਨ ਚੀਜ਼ਾਂ ਦਾ ਪ੍ਰਗਟ ਦਿਵਸ ਮਨਾਇਆ ਜਾਂਦਾ ਹੈ, ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ, ਦੂਸਰਾ ਵੈ ਪ੍ਰਗਟਿਓ ਮਰਦ ਅਗੰਬੜਾ, ਅਤੇ ਤੀਸਰਾ ਖੰਡੇ ਬਾਟੇ 'ਚੋਂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ, ਜਿਹੜਾ ਪ੍ਰਗਟ ਹੋਇਆ ਉਹਨੇ ਕਦੇ ਮਰਨਾ ਨਹੀਂ। ਸੋ ਖਾਲਸਾ ਉਹ ਨਾਮ ਹੈ ਜਿਹੜਾ ਦੁਨੀਆਂ 'ਤੇ ਮੁੱਕ ਜਾਏਗੀ, ਇਸ ਨਾਮ ਨੇ ਨਹੀਂ ਕਦੇ ਮੁੱਕਣਾ। ਹਾਂਜੀ ਜੀ। ਔਰ ਭਾਈ ਸਾਹਿਬ ਜੀ, ਮੈਂ ਚਾਹਾਂਗੀ ਕਿ ਅਖੀਰ ਦੇ ਉੱਤੇ ਤੁਸੀਂ ਕੀ ਜੰਮੂ ਦੀ ਸੰਗਤ ਕੋਲੋਂ ਸੁਨੇਹਾ ਲੈ ਕੇ ਚੱਲੇ ਹੋ, ਔਰ ਜੰਮੂ ਕਸ਼ਮੀਰ ਦੀ ਸੰਗਤ ਨੂੰ ਕੀ ਸੁਨੇਹਾ ਦੇ ਕੇ ਜਾਓ? ਵੇਖੋ, ਜੰਮੂ ਦੀ ਇਸ ਗੁਰਦੁਆਰੇ ਵੀ ਹੋਰ ਗੁਰਦੁਆਰੇ ਇਹਨਾਂ ਦੀ ਇਹ ਤਾਰੀਫ ਹੈ, ਇਹ ਬਾਣੀ ਦੇ ਬੜੇ ਆਸ਼ਕ ਨੇ, ਪੰਜਾਬ ਵਾਲੇ ਥੋੜ੍ਹਾ ਜਿਹਾ ਬਾਣੀ 'ਚ ਪਿੱਛੇ ਨੇ, ਧਿਆਨ ਦਿਓ। ਹਾਲਾਂਕਿ ਲਹੂ ਉਹਨਾਂ ਦਾ ਬੜਾ ਡੁੱਲਿਆ ਸ਼ਹੀਦੀਆਂ 'ਚ, ਪਰ ਜਦੋਂ ਬਾਣੀ ਦੀ ਗੱਲ ਕਰੀਏ ਅਤੇ ਦੂਸਰਾ ਕੇਸਾਂ ਦੀ, ਇਹ ਜੰਮੂ ਵਾਲੇ ਮਰ ਜਾਣਗੇ ਪਰ ਕੇਸ ਨਹੀਂ ਕਟਾਉਂਦੇ। ਹੁਣ ਦੋ ਦੋ ਚਾਰ ਚਾਰ ਕੇਸ ਆਉਣ ਲੱਗੇ ਨੇ, ਗੱਲ ਵੱਖਰੀ ਹੈ, ਪਰ ਕੰਪੈਰੇਟਿਵਲੀ ਇਹ ਉਹ ਧਰਤੀ ਹੈ ਜਿੱਥੇ ਕੇਸਾਂ ਦੇ ਪੱਕੇ ਨੇ,
हाँ थोड़ा जहा हूँ विह शादियाँ होर थोड़ा थोड़े दूजिया वेख के साड़ी भी रोह रीति बदल रही है वो चो आप सुचेत रहना ताकि जिस तरह महाराज ने कहा सी एल 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 मने लाड़ा पहला एल की है दूसरा लावा दूसरा ते तीसरा लंगर बोलो तीसरा जे आप तीन एल ले लिए कोई सिख आत्महत्या ना करे पंजाब विच भी जम्मू विच भी असी 8-8 लाख दे पैलेस करके अज तार हो रहे हैं असी वड्डे वड्डे दिखावियां विच बह के करजियां च बह के तार हो रहे हैं तुहानू कहा सी भी सीधा साधा आपां लाड़ा लावा ते लंगर पंगत विच बह के होवे ਉਹ ਸਿੱਖ ਦੇ ਘਰੇ ਜਿਹੜੇ ਆਨੰਦ ਕਾਰਜ ਵਿੱਚ ਗੁਰੂ ਆ ਗਿਆ ਉਹ ਆਨੰਦ ਕਾਰਜ ਕਦੇ ਫੇਲ ਨਹੀਂ ਹੁੰਦੇ ਉਹਦੀ ਪਿੱਠ ਨਹੀਂ ਲੱਗੂਗੀ ਬਸ ਗੁਰੂ ਦਾ ਹੁਕਮ ਮੰਨ ਕੇ ਵੀ ਆਪਣੇ ਲੋਕ ਦਿਖਾਵੇ ਨੂੰ ਛੱਡ ਕੇ ਗੁਰੂ ਦੇ ਹੁਕਮ ਵਿੱਚ ਤੁਰਨ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਵਰਤਣਗੇ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਕਿ ਤੁਸੀਂ ਬਹੁਤ ਹੀ ਆਪਣੇ ਵਡਮੁੱਲੇ ਵਿਚਾਰ ਨੇ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ ਤਾਂ ਇਹ ਸਨ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਈ ਸਾਹਿਬ ਭਾਈ ਹਰਭਜਨ ਸਿੰਘ ਖਾਲਸਾ ਜੀ ਜੀ ਵੀਰ ਜੀ ਗੁਰਦੁਆਰਾ ਸਾਹਿਬ ਵਿਖੇ ਹੀ ਸੇਵਾਦਾਰ ਸਾਡੇ ਨਾਲ ਗੱਲ ਕਰਨਗੇ ਜੀ ਭਾਈ ਸਾਹਿਬ ਜੀ ਕੀ ਨਾਮ ਹੈ ਤੁਹਾਡਾ ਦੀਦਾਰ ਸਿੰਘ ਜੀ ਦੀਦਾਰ ਸਿੰਘ ਅੱਜ ਜਿਹੜੇ ਪ੍ਰਚਾਰਕ ਸਾਡੇ ਵਿੱਚ ਸਰਦਾਰ ਹਰਭਜਨ ਸਿੰਘ ਜੀ ਮੈਂ ਇਹ ਸੋਚਦਾ ਹਾਂ ਕਿ ਇਹਨਾਂ ਦੀ ਕਥਾ ਸਰਵਣ ਕਰਦਿਆਂ ਸਿਰਫ ਕੇਵਲ ਔਰ ਕੇਵਲ ਗੁਰਬਾਣੀ ਦਾ ਹੀ ਨਹੀਂ ਸਭ ਤੋਂ ਅੱਛੀ ਗੱਲ ਸਭ ਤੋਂ ਜਚਣ ਵਾਲੀ ਗੱਲ ਜਿਹੜੀ ਅੱਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹ ਇਹ ਹੈ ਕਿ ਧਰਮ ਦੀ ਗੱਲ ਧਰਮ ਦੀ ਗੱਲ ਜਿਹੜੇ ਕਥਾਵਾਚਕ ਨੇ ਸਾਡੇ ਆਮ ਤੌਰ 'ਤੇ ਅਸੀਂ ਦੇਖਿਆ ਗੁਰਦੁਆਰਿਆਂ ਦੇ ਵਿੱਚ ਜਿਹੜੇ ਕਥਾਵਾਚਕ ਆਉਂਦੇ ਨੇ ਉਹ ਸਿਰਫ ਕੇਵਲ ਅਤੇ ਕੇਵਲ ਗੁਰਬਾਣੀ ਜਾਂ ਰਹਿਤ ਮਰਿਆਦਾ ਵੱਧ ਤੋਂ ਵੱਧ ਰਹਿਤ ਮਰਿਆਦਾ 'ਤੇ ਜ਼ੋਰ ਦਿੰਦੇ ਨੇ ਲੇਕਿਨ ਅੱਜ ਇਸ ਗੱਲ ਦਾ ਬਹੁਤ ਜ਼ਿਆਦਾ ਦਿਲ ਖੁਸ਼ ਹੋਇਆ ਹੈ ਕਿ ਐਸੇ ਪ੍ਰਚਾਰਕ ਜਿਹੜੇ ਧਰਮ ਦੀ ਗੱਲ ਕਥਾ ਦੇ ਵਿੱਚ ਲਗਾ ਕੇ ਸੰਗਤ ਨੂੰ ਡੇ ਟੂ ਡੇ ਦਾ ਜਿਹੜਾ ਪ੍ਰੋਗਰਾਮ ਹੈ ਸਾਨੂੰ ਜਿਹੜਾ ਹੁਕਮ ਹੋਇਆ ਗੁਰੂ ਸਾਹਿਬ ਦੀ ਤਰਫੋਂ ਕਿ ਬਈ ਅਸਾਂ ਨੇ ਨਿਤਨੇਮ ਤੋਂ ਸ਼ੁਰੂ ਕਰਨਾ ਹੈ ਅਸਾਂ ਨੇ ਬਾਣੀ ਤੋਂ ਸ਼ੁਰੂ ਕਰਨਾ ਹੈ ਅਸਾਂ ਨੇ ਗੁਰਮੰਤਰ ਤੋਂ ਸ਼ੁਰੂ ਕਰਨਾ ਹੈ ਮੈਂ ਇੱਕ ਚੀਜ਼ ਹੋਰ ਦੇਖੀ ਹੈ ਅੱਜ ਇਹਨਾਂ ਨੂੰ ਦੂਸਰਾ ਦਿਨ ਸੀ ਕਥਾ ਦਾ ਕੱਲ੍ਹ ਪਹਿਲਾ ਦਿਨ ਸੀ ਅੱਜ ਸਵੇਰੇ ਅੰਮ੍ਰਿਤ ਵੇਲੇ ਜਦੋਂ ਅਸੀਂ ਨਿਤਨੇਮ 'ਤੇ ਆਏ ਅੱਜ ਸੰਗਤ ਜ਼ਿਆਦਾ ਸੀ ਹੁਣ ਦੇਖੋ ਇਹ ਪ੍ਰਭਾਵ ਕਿਤਨਾ ਹੈ ਇਹਨਾਂ ਦਾ ਅੱਜ ਦੀ ਸੰਗਤ ਦੇਖਣ ਵਿੱਚ ਸਾਨੂੰ ਇਹ ਮਿਲਿਆ ਹੈ ਕਿ ਸੰਗਤ ਜ਼ਿਆਦਾ ਹੋ ਗਈ ਅਸੀਂ ਚਾਹੁੰਦੇ ਹਾਂ ਕਿ ਐਸੇ ਹੀ ਪ੍ਰਚਾਰਕ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਬਲ ਦੇਵੇ ਐਸੇ ਹੀ ਪ੍ਰਚਾਰਕ ਸਾਡੇ ਧਰਮ ਵਿੱਚ ਆਉਣ ਤਾਂ ਕਿ ਸੰਗਤ ਦਾ ਵਾਧਾ ਹੋ ਸਕੇ ਇੱਕ ਹੋਰ ਚੀਜ਼ ਮੈਂ ਇੱਥੇ ਦੱਸਣੀ ਚਾਹਵਾਂਗਾ ਕਿ ਸਾਡੀ ਪ੍ਰਬੰਧਕ ਕਮੇਟੀ ਜਿਹੜੀ ਇਸ ਗੁਰਦੁਆਰਾ ਸਾਹਿਬ ਗੁਰਦੁਆਰਾ ਪ੍ਰੀਤਨਗਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ ਇਸ ਕਮੇਟੀ ਨੇ ਕੁਛ ਕਿਹਾ ਸੀ ਕਿ ਬਈ ਇਹ ਕਥਾ ਦੇ ਪ੍ਰੋਗਰਾਮ ਦੇ ਜਦੋਂ ਸੰਗਤ ਜੁੜੇਗੀ ਅਤੇ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਕੁਛ ਹਿਚਕਚਾਹਟ ਹੋ ਰਹੀ ਸੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਸ ਪ੍ਰਬੰਧਕ ਕਮੇਟੀ ਦੇ ਹੀ ਮੈਂਬਰਾਂ ਨੇ ਮਿਲ ਕੇ ਬਗੈਰ ਸੰਗਤ ਦੀ ਕੰਟਰੀਬਿਊਸ਼ਨ ਦੇ ਬਗੈਰ ਕਮੇਟੀ ਦੀ ਕੰਟਰੀਬਿਊਸ਼ਨ ਦੇ ਅੱਜ ਲੰਗਰ ਦਾ ਇੰਤਜ਼ਾਮ ਕੀਤਾ ਵਾਹਿਗੁਰੂ ਇਹਨਾਂ ਨੂੰ ਵੀ ਚੜ੍ਹਦੀ ਕਲਾ ਇਹ ਤਾਂ ਹੈ ਜੇ ਇਹੋ ਜਿਹੇ ਪ੍ਰਚਾਰਕ ਹਨ ਇਹਨਾਂ ਪ੍ਰਚਾਰਕਾਂ ਨੇ ਐਸੀ ਗੁੜ੍ਹਤੀ ਇਹਨਾਂ ਵਿੱਚ ਪਾਈ ਕਿ ਇਹਨਾਂ ਨੂੰ ਵਲਵਲਾ ਉਤਪੰਨ ਹੋਇਆ ਕਿ ਅਸੀਂ ਲੰਗਰ ਕਰ ਸਕੀਏ ਜਿਹੜੀ ਸੰਗਤ ਕਥਾ ਸੁਣਨ ਵਿੱਚ ਆਏ ਉਹ ਲੰਗਰ ਦੇ ਵਿੱਚ ਵੀ ਆਪਣਾ ਹਿੱਸਾ ਪਾਏ ਔਰ ਲੰਗਰ ਵੀ ਛੱਕ ਕੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਬੁਲਾਰੇ ਨੇ ਭਾਈ ਸਾਹਿਬ ਜੀ ਆਪ ਜੀ ਦਾ ਨਾਮ ਡਾਕਟਰ ਉਪਿੰਦਰ ਸਿੰਘ ਜੀ ਸਪੋਕਸਪਰਸਨ ਪ੍ਰੀਤਨਗਰ ਗੁਰਦੁਆਰਾ ਗੁਰੂ ਮਹਾਰਾਜ ਦੀ ਅਟੂਟ ਕਿਰਪਾ ਹੋਈ ਹੈ ਕਿ ਖਾਲਸਾ ਜੀ ਅੱਜ ਇੱਥੇ ਪਹੁੰਚੇ ਹਨ ਅੱਜ ਇਹਨਾਂ ਦਾ ਦੂਸਰਾ ਦਿਨ ਸੀ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਗੁਰਦੁਆਰੇ ਵਿੱਚ ਅਸੀਂ ਬਹੁਤ ਹੀ ਖੁਸ਼ ਇਹ ਮੇਰੇ ਨਾਲ ਪਹਿਲੇ ਤੋਂ ਹੀ ਇਹਨਾਂ ਦਾ ਪ੍ਰੋਗਰਾਮ ਬਟੋਟ ਆਉਂਦਾ ਸੀ ਅਤੇ ਬਟੋਟ ਤੋਂ ਇਹਨਾਂ ਦਾ ਪ੍ਰੋਗਰਾਮ ਫਿਰ ਸ੍ਰੀਨਗਰ ਤਰਾਲ ਦਾ ਬਣਿਆ ਤਰਾਲ ਦੇ ਹਰ ਛਤਰਗਾਮ ਕੰਗਾਲੂੜਾ ਗਾਮੇ ਰਾਜ ਅਫੂ ਅਤੇ ਸਹੀਮੂ ਇਹਨਾਂ ਨੇ ਬਹੁਤ ਹੀ ਪ੍ਰਚਾਰ ਕੀਤਾ ਉੱਥੇ ਅਤੇ ਇਹਨਾਂ 'ਤੇ ਉੱਪਰੋਂ ਮਹਾਰਾਜ ਦੀ ਕਿਰਪਾ ਹੈ ਅੱਜ ਇਹ ਜੰਮੂ ਵਿੱਚ ਹੀ ਆਏ ਅਤੇ ਬਹੁਤ ਹੀ ਸੰਗਤ ਜੁੜੀ ਹੈ ਇਹਨਾਂ ਦੇ ਨਾਲ ਅਸੀਂ ਅੱਗੇ ਵੀ ਸੋਚ ਰਹੇ ਕਿ ਐਸੇ ਪ੍ਰੋਗਰਾਮ ਕਰੀਏ ਆਉਣ ਵਾਲੇ ਟਾਈਮ ਵਿੱਚ ਅਸੀਂ ਮਹੱਲੇ ਦੀ ਜਿਹੜੀ ਡੈਕੋਰੇਸ਼ਨ ਕਰਦੇ ਹਾਂ ਸਾਡਾ ਇਹ ਮਕਸਦ ਆਉਂਦਾ ਹੈ ਕਿ ਡੈਕੋਰੇਸ਼ਨ ਕਰਨ ਦਾ ਇਹ ਮਕਸਦ ਕਿ ਬੱਚੇ ਜਦੋਂ ਰਸਤੇ 'ਚ ਚੱਲਦੇ ਪੁੱਛਦੇ ਨੇ ਅੱਜ ਡੈਕੋਰੇਸ਼ਨ ਕਿਉਂ ਹੈ ਅੱਜ ਇਹ ਨਿਸ਼ਾਨ ਸਾਹਿਬ ਕਿਉਂ ਹਨ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਅੱਜ ਗੁਰਪੁਰਬ ਹੈ ਗੁਰੂ ਮਹਾਰਾਜ ਦਾ ਦਸਵੇਂ ਪਾਤਸ਼ਾਹ ਦਾ ਗੁਰਪੁਰਬ ਹੈ ਵਿਸਾਖੀ ਹੈ ਅਸੀਂ ਹੁਣ ਆਪਣੇ
यूथ नाल जुड़ के असं ये भी उपराला कर रहे हैं कि आने वाली विसाखी से असी खालसा डे जिहड़ा है वह बहुत सोहनी चंगी जम्मू में मनावांगे जिहड़ा कि साडा विचार चल रहा है हाली तक उहदे ते सहमति नहीं होई वह डिस्ट्रिक्ट कमेटी नाल ही असी फैसला करांगे मान साहब नाल ही फैसला करके गांधी नगर गुरुद्वारे तो लैके प्रीत नगर गुरुद्वारे तक जिहड़ा असी एक छोटा जिहा जिहड़ा मार्च असी खालसा डे ते कढांगे इन्नी मैं एक बाणी चैनल का भी बहुत ही धन्यवादी हाँ जिहड़े हमेशा ही पंथ की सेवा करते रहने जिहड़े हर कश्मीर विच इन्हां दा अज बिजी शड्यूल सी जथेदार साहब भी अज आए हुए बरजला बागात गुरुद्वारे विच उन्हां दा उत्थे बिजी शड्यूल होने भी यह साढ़े नाल अज एक बाणी के चैनल के मैंबर जिहड़े परिवार साडा जिहड़ा वह इत्थे पहुंचा है इन्नी अरज़ है वाहिगुरू जी का खालसा वाहिगुरू जी की फतह। जी साडे नाल गुरुद्वारा साहिब दे प्रधान साहब ने जी सकत्तर साहब गलबात करेंगे अपने विचार आ जिहड़े संगतां सामने रखेंगे जी वाहिगुरू जी का खालसा वाहिगुरू जी की फतेह। यह जो लगातार तीन दिन का प्रोग्राम भाई हरभजन सिंह जी खालसा जो उलीकिया है संगतां ने बहुत ही वध चढ़ के इतने सहयोग दिता है बाहर दी संगतां ही पहुंचे इतने मैं विशेष करके एक बाणी चैनल जो इतने लाइव ब्रॉडकास्ट कर रहे हैं उन्हों का बहुत बहुत धन्यवादी हाँ जिन्हें के सहयोग बख्शा है वाहेगुरू जी का खालसा वाहेगुरू जी की फतेह। गुरुद्वारा साहब के प्रधान साहब भी साढ़े नाल जिहड़े अपने विचार सांझे करनगे जी वाहेगुरू जी का खालसा वाहेगुरू जी की फतेह। लावां दी कथा प्रोग्राम चल रहा है भाई साहब हरभजन सिंह जी आनंदपुर साहब तो विशेष तौर पर इतने आए हैं जिन्हों का काफ़ी टूर रहा जम्मू कश्मीर के डॉक्टर साहब साढ़े बटोत इन्होंने थ्रू साढ़े नाल संपर्क होया तो उन्होंने इतने लिया गया उन्होंने इतने चंगा प्रोग्राम किया कथा की संगतों को गुरबाणी के नाल जुड़िया तो उन्होंने असं धन्यवाद करते हाँ तो आंदा तो जदों ही असं उन्होंने याद करा उम्मीद करते हाँ कि वो इतने आएंगे संगतों निवाजन गए अपने विचार के नाल लंगर का कोई चक्कर गुरद्वारा साहब के भी लंगर शुरू तो ही चलता आया किसी को मना ही नहीं है कोई नहीं करता तो संग गुरद्वारा कमेटी ने करना होंदा तो कोई बड़ी तीर नहीं मारे किसी ने कि असं कंट्रीब्यूशन करके उन्होंने को लंगर चलाया है गुरु घर भी लंगर चलता ही है हमेशा चलता आया और चलता रहेगा तो इस करके असं उन्होंने भी धन्यवादी हाँ जिन्हें लोगों ने लंगर हिस्सा पाया अपना तो आंदा तो वो पाते रहेंगे अगे कल भी अठ कल 6 तरीक है कल 6 तरीक नूं इन्हां दा प्रोग्राम है इत्थे कथा दा 6-8 तरीक नूं गुरु तेग बहादुर साहब जी का शहीदी दिवस है उसके संबंध में कल सवेरे गुरद्वारा साहब श्री कंठपाठ साहब जी रखे जाएंगे तो 3 दिन उत्थे भी शाम का लंगर टुट चलेगा शाम को 8 तरीक न 8 बजे तक 9 बजे तक भी हो सकता शाम का प्रोग्राम होएगा जिदे पठानकोट तो ढाडी साहब आ रहे हैं जिथे ढाडी जत्था आ के वह संगतों वारा के नाल जोड़ेगा और उम्मीद करता हाँ कि एक तुम चैनल वाले जोड़े हो उस दिन वह भी आओगे तो एक बार अं थोड़ा इस शुक्रिया अदा करते हाँ कि तुम इतने आयो तो बाकी सारी संगत का जी 3 दिन तो आ रही ने इतने उन्होंने असी तह दिल तो शुक्रिया अदा करते हैं धन्यवाद करते हाँ प्रबंधकों का जी सा कमेटी है वो मैंबर बड़ी तनदेही काम कर रहे हैं उन्होंने असं शुक्रिया अदा करते हाँ वाहिगुरु जी का खालसा वाहिगुरू जी की फतेह। जी नाल ही प्रबंधकों के राही दसया गया है गुरुद्वारा साहब के सेवादार ने जेड़े उन्होंने राही दसया गया है कि बलदेव सिंह जी MD पीक्स ऑटो उन्होंने राही सेवा जी गुरुद्वारा साहब के लंगर सेवा उन्होंने वालों जी उन्होंने वालों बनता जो योगदान वह लंगर सेवा जरा दिता गया जी तुम कुछ कहना चाहते असं बलदेव जी के भी उन्होंने पीक्स ने उन्होंने सेवा की है लंगर की तो असं चाहते हैं कि और भी थोड़ी सेवा वह साढ़े गुरुद्वारे बाबत कर लवन क्योंकि हाल ही साढ़ा लंगर हाल जरा इनकम्पलीट है आस करते हैं वो इतने आएंगे जरूर तो उन्होंने सेवा भी असं जरूर लवेंगे वाहेगुरू जी का खालसा वाहेगुरू जी की फतेह। डॉक्टर साहब ने जिदा कहा है कि वह जिदा बेनती कर रहे हैं MD पीक्स सरदार बलदेव सिंह जी होना कि जिदा उन्होंने अपना लंगर दे विच कंट्रीब्यूशन किया है सेवा की है उदा ही गुरुद्वारा साहब के जड़ा हॉल दे विच सेवा की जरूरत है वाहगुरु परमात्मा उन्होंने बल बख्शन वो अपना बनता होया दसवंध गुरुद्वारा साहब के लंगर हॉल की सेवा दे विच जरूर देन। इस सन साडे नाल गलबात करन दे लई गुरुद्वारा साहब के प्रबंधक ते सेवादार
नाल ही आपां विचार जिहड़े सरवण कीते ने भाई साहिब भाई हरभजन सिंह जी खालसा जी हुणां दे पासों, तां हुण वेला हो गया तुहाडे सारिआं तों इजाजत लैण दा। मैनूं दिओ इजाजत जी। वाहिगुरू जी का खालसा, वाहिगुरू जी की फतेह।